ਚੜ੍ਹਦਾ ਬਣ ਗਈ। ਸ਼ਰਧਾਲੂ ਦਾ ਕੰਮ ਹੁੰਦਾ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਇੱਥੇ ਖਿੱਚ ਲੈਣਾ, ਪ੍ਰਚਾਰ ਨਹੀਂ ਹੋਣਾ। ਸਤਿਗੁਰੂ ਨੇ ਮਾਇਆ ਪਾ ਤੀ, ਐਸੀ ਮਾਇਆ ਪਾਈ ਕਿ ਮਾਤਾ ਪਿਤਾ ਤੇ ਤਾਂਹੀਓ ਮਾਇਆ ਪਾਉਣੀ ਪਈ ਜੇ ਉਹ ਭਗਤ ਤੋਂ ਸੀਗੇ ਹੀ ਪਿਛਲੇ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦੇਖ ਲਓ ਵੀ ਛੋਟੀ ਉਮਰ ਦੇ ਵਿੱਚ ਨਿਰੰਕਾਰ ਆਪ ਆਏ, ਧੁਰਕੀ ਬਾਣੀ ਪ੍ਰਗਟ ਕੀਤੀ। ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸਤੁਮ ਕਰਤਾਰ ਦੇ ਅਰਥ ਵੀ ਸੁਣਾਏ। ਜਾਲ ਮੋਹ ਕਸ ਮਸ ਕਰ ਲਿਖ ਕਾਲ, ਇਹ ਸਾਰਾ ਸ੍ਰੀ ਰਾਮ ਦਾ ਸ਼ਬਦ। ਇਹ ਸਾਰਾ ਕੁਛ ਸੁਣਾ ਕੇ ਸਾਰਿਆਂ ਨੂੰ ਕਰਤਾਰਥ ਕੀਤਾ, ਵੈਦ ਨੂੰ ਬੁਲਾਇਆ। ਜਦੋਂ ਲੰਮੇ ਪਏ ਰਹਿਣ ਲੰਮੇ ਪਏ ਰਹਿਣ ਤਾਂ ਨਬਜ ਦੇ ਕੇ ਮੂਹਦੇ ਪਏ ਸੀ ਲੰਮੇ ਚਾਦਰ ਲੈ ਨਬਜ ਦੇਖਣ ਲੱਗ ਗਿਆ। ਕਹਿੰਦੇ ਕੋਈ ਬਾਹਰਲੀ ਕਸਰ ਲੱਗਦੀ ਹੈ। ਗੁਰੂ ਨਾਨਕ ਦੇਵ ਜੀ ਉੱਠ ਕੇ ਬਹਿ ਗਏ। ਕਹਿੰਦੇ ਤੈਨੂੰ ਨਾ ਪੰਜ ਚਿੰਬੜੇ ਹੋਏ ਨੇ ਭੂਤ, ਪਹਿਲਾਂ ਉਹਨਾਂ ਦਾ ਇਲਾਜ ਕਰ ਲਿਆ। ਉਹ ਕਿਹੜੇ ਮਹਾਰਾਜ? ਕਹਿੰਦਾ ਕਾਮ ਕਰੋ ਲੋ ਮੋਹੰਕਾਰ ਤੈਨੂੰ ਚਿੰਬੜਿਆ ਹੋਇਆ, ਇਹਨੂੰ ਠੀਕ ਕਰ ਲਾ ਆਪਣੇ, ਤੂੰ ਮੇਰਾ ਇਲਾਜ ਲੈਣ ਦੇ। ਉਹਨੇ ਵੀ ਚਰਨ ਫੜ ਲਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਵੀ ਮਿਲੇ ਨੇ ਉਹਨਾਂ ਦਾ ਤਾਂ ਜਾਂਦੇ ਹੀ ਪ੍ਰਭਾਵ ਪੈ ਜਾਂਦਾ ਸੀ, ਚਾਹੇ ਉਹ ਛੋਟੀ ਉਮਰ ਵਿੱਚ ਚਾਹੇ ਉਹ ਵੱਡੀ ਉਮਰ ਵਿੱਚ। ਸੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਧੁਰਕੀ ਬਾਣੀ ਪ੍ਰਗਟ ਕੀਤੀ ਆ। ਗੁਰੂ ਨਾਨਕ ਦੇਵ ਜੀ ਦੇ ਪਾਵਨ ਸ਼ਬਦਾਂ ਨੂੰ ਤੁਸੀਂ ਪੜ੍ਹਦੇ ਹੋ ਜਦੋਂ, ਬਹੁਤ ਡੂੰਘਾਈ ਵਿੱਚ ਸ਼ਬਦ ਹੁੰਦੇ ਨੇ ਉਹਨਾਂ ਦੇ, ਪਰ ਆਨੰਦ ਬੜਾ ਹੈ। ਇੱਕ ਇੱਕ ਪੰਗਤੀ ਵਿੱਚ ਕਈ ਵਾਰ ਤਿੰਨ ਤਿੰਨ ਚੀਜ਼ਾਂ ਚਾਰ ਚਾਰ ਚੀਜ਼ਾਂ ਦੱਸ ਜਾਂਦੇ। ਬਹੁਤ ਸੁੰਦਰ ਬਾਣੀ ਗੁਰੂ ਨਾਨਕ ਦੇਵ ਉਚਾਰਨ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੇ ਉਚਾਰਨ ਕੀਤੀਆਂ। ਤਾਂ ਹੀ ਉਹਨਾਂ ਪ੍ਰਤੀ ਸਤਿਗੁਰ ਨੇ ਸ਼ੁਰੂ ਕਿਹਾ ਵੀ ਬਚਨ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਨਮਸਕਾਰ ਕੀਤੀ ਪਹਿਲੇ ਚਾਰ ਗੁਰਾਂ ਨੂੰ। ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹੋਣ, ਕੋਈ ਪੁੱਛਦਾ ਸੀ ਮੈਨੂੰ ਸਿੰਘ ਕਹਿੰਦੇ ਤੁਸੀਂ ਫੇਰ ਦੱਸੋਗੇ, ਪਹਿਲਾਂ ਕਹਿੰਦੇ ਮੈਂ ਕਿਹਾ ਇਹ ਸਿਰਫ ਗੁਰੂ ਦੀ ਜੇ ਖੁਸ਼ੀ ਲੈਣੀ ਆ ਨਮਸਕਾਰ ਕਰੋ, ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ। ਸਾਰਿਆਂ ਗੁਰੂਆਂ ਤਾਂ ਹੀ ਸਾਡੀ ਨਮਸਕਾਰ ਹੈ, ਮੱਥਾ ਟੇਕਣਾ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ। ਬੇਨਤੀ ਕੀਤੀ ਸੀ ਆਪ ਜੀ ਨੂੰ ਕੱਲ੍ਹ ਵੀ ਕਿ ਗੁਰੂ ਗ੍ਰੰਥ ਸਾਹਿਬ ਨਾਲ ਸਾਡਾ ਨਾਂ ਕਿਹੜਾ ਰਿਸ਼ਤਾ ਹੈ? ਸਾਡਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਨਾਲ ਹੈ ਜੀਵ ਅਤੇ ਈਸ਼ ਦਾ। ਆਪਾਂ ਸਾਰੇ ਜੀਵ ਹਾਂ, ਆਤਮਾ ਹਾਂ, ਜੀਵ ਰੂਪ ਇਸਤਰੀਆਂ ਹਾਂ। ਮਹਾਰਾਜ ਆਪਾਂ ਨੂੰ ਕਈ ਵਾਰ ਸਮਝਾਉਂਦੇ, ਇਹ ਆਨੜੀਏ ਮਾਨੜਾ ਕਾਇ ਕਰੇ, ਆਪਣੇ ਦਾ ਘਰ ਹਰ ਰੰਗੋ ਕੀ ਨਾ ਮਾਣੇ, ਸਭ ਨੇੜਾ ਧਨ ਕਮਲੀਏ, ਬਾਹਰ ਕਿਆ ਢੂੰਡੇ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਜੀਵ ਰੂਪ ਇਸਤਰੀ ਹੈ, ਤੂੰ ਆਤਮਾ ਹੈ, ਇਹ ਪਰਮਾਤਮਾ ਹੈ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ। ਤੁਸੀਂ ਜਦੋਂ ਵੀ ਗੁਰੂ ਘਰ ਵਿੱਚ ਆਉਂਦੇ ਹੋ, ਸਰੀਰ ਤਾਂ ਆਉਂਦਾ ਹੀ ਆਉਂਦਾ, ਸਰੀਰ ਕਰਕੇ ਵੀ ਬੈਠਣਾ, ਮਨ ਕਰਕੇ ਵੀ ਬੈਠਣਾ। ਦਸਵੇਂ ਪਾਤਸ਼ਾਹ ਸ੍ਰੀ ਦਮਦਮਾ ਸਾਹਿਬ ਜਦੋਂ ਰਾਤ ਨੂੰ ਬਿਰਾਜਮਾਨ ਸੀ, 25 ਪਹਿਰੇਦਾਰ ਚਾਰੇ ਪਾਸੇ ਖੜ੍ਹਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਕੋਈ ਖੜ੍ਹਦਾ ਹੀ ਨਹੀਂ, ਕੋਈ ਪਹਿਰੇਦਾਰ ਨਹੀਂ ਹੁੰਦਾ ਪਿੰਡਾਂ ਵਿੱਚ ਵੀ। ਸੋ ਇਸ ਕਰਕੇ ਪਰਸੋਂ ਚੌਥੇ ਘਟਨਾ ਹੋਈ, ਇੱਕ ਪੰਜਾਬ ਦੇ ਭਾਈ ਰੂਪੇ ਬੰਦਾ ਆਇਆ, ਉਹਨਾਂ ਸਾਰੇ ਰੁਮਾਲੇ ਲਾ ਕੇ ਸਿੱਟ ਗਿਆ, ਪਹਿਲੀ ਬੇਅਦਬੀ ਕਰਕੇ ਗਿਆ ਪਿੰਡ ਵਾਲੇ ਜਾ ਕੇ। ਨਾ ਗ੍ਰੰਥੀ ਨੂੰ ਕੋਈ ਫਰਕ ਪਿਆ, ਚਲੋ ਪਤਾ ਨਹੀਂ ਕੌਣ ਸੀ। ਦੂਜੇ ਦਿਨ ਆਇਆ, ਪੱਤਰੇ ਮਰੋੜ ਕੇ ਫਿਰ ਜਿਲਦ ਇਕੱਠੀ ਕਰ ਗਿਆ। ਹੁਣ ਦੇਖਿਆ ਵੀ ਕੋਈ ਬੋਲਿਆ ਹੀ ਨਹੀਂ, ਕੁਛ ਵੀ ਨਹੀਂ ਹੋਇਆ ਮੈਨੂੰ ਤਾਂ। ਤੀਜੇ ਦਿਨ ਆ ਕੇ ਅੱਗ ਲਾ ਗਿਆ, ਫਿਰ ਸਰੂਪ ਸਾੜ ਗਿਆ। ਪਿੰਡ ਵਾਲਿਆਂ ਨੂੰ ਕਿਹਾ ਵੀ ਜਦ ਇੱਕ ਬੰਦਾ ਬੇਅਦਬੀ ਕਰਦਾ ਤਾਂ ਇੱਕ ਪਹਿਰੇਦਾਰ ਆਪਣਾ ਰੱਖਿਆ ਕਰੋ ਉੱਥੇ। ਅੱਠ ਅੱਠ ਗੁਰਦੁਆਰੇ ਆ, 10-10 ਗੁਰਦੁਆਰੇ ਇੱਕ ਪਿੰਡ 'ਚ, ਸੰਭਾਲ ਹੁੰਦੀ ਨਹੀਂ ਹੈ।
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਜਾਣੋ, ਜਦਵੀਆਂ ਰੁਕ ਨਹੀਂ ਰਹੀਆਂ। ਅਗਿਆਨੀ ਲੋਕ ਨੇ, ਇਹਨਾਂ ਨੂੰ ਪਤਾ ਹੈ ਨਹੀਂ ਗਾ ਵੀ ਹੋਣ ਵਾਲਾ ਕੀ ਹੈ, ਰਿਜ਼ਲਟ ਜਿਹਦਾ ਆਊਟ ਹੋਇਆ ਬਹੁਤ ਭੈੜਾ ਹੋਣਾ, ਉਹ ਲਿਹਾਜ ਕਰੀ ਜਾਂਦੇ ਨੇ, ਉਹ ਸਿਰ ਚੜੀ ਜਾਂਦੇ ਨੇ ਉਹ, ਪਰ ਜਦੋਂ ਇਹਦਾ ਰਿਜ਼ਲਟ ਜਿਹਾ ਹੋਣਾ ਆਊਟ, ਫਿਰ ਪਤਾ ਲੱਗਣਾ ਵੀ ਤਾਂ ਕੁਛ ਹੋਰ ਹੀ ਹੋ ਗਿਆ। ਸੋ ਇਸ ਤਰ੍ਹਾਂ ਹੀ ਹੋਰ ਵੀ ਇੱਕ ਜਗ੍ਹਾ ਬੇਅਦਬੀ ਹੋ ਗਈ। ਆਹ ਦੋ ਚਾਰ ਦਿਨ ਦੇ ਵਿੱਚ ਇੱਕ ਪੁਰਾਣਾ ਸਰੂਪ ਪਿਆ ਸੀ ਦਸਵੇਂ ਪਾਤਸ਼ਾਹ ਵੇਲੇ ਕਿਸੇ ਦੇ ਪਿੰਡ 'ਚ, ਉਹ 4 ਕਰੋੜ ਨੂੰ ਵਿਕ ਗਿਆ। ਜਿਹੜੇ ਘਰ ਵਿੱਚ ਸੌਦਾ ਹੋਇਆ ਉੱਥੋਂ ਦੀ ਬੀਬੀ ਉਸ ਪਿੰਡ ਦੀ ਸੀ, ਕਲਿਆਣ ਪਿੰਡ ਪੈਂਦਾ, ਉਹਨੇ ਦੇਖਿਆ ਸਾਡੇ ਪਿੰਡ ਦਾ ਹੱਥ ਲਿਖਤ ਸਰੂਪ ਹੈ ਬੜਾ ਸੋਹਣਾ ਮਹਾਰਾਜ ਵੇਲੇ ਦਾ। ਉਹ ਹੋਰ ਤਾਂ ਕੁਛ ਨਹੀਂ ਕਰ ਸਕੀ, ਉਹਨੇ ਥੈਲੇ 'ਚ ਸਰੂਪ ਪਾ ਕੇ ਵਿੱਚ ਪਰਚੀ ਪਾ ਕੇ ਰੱਖਤੀ ਕਿ ਫਲਾਣੇ ਪਿੰਡੋਂ ਆਇਆ ਚੋਰੀ ਹੋ ਕੇ, ਸੌਦਾ ਹੋ ਰਿਹਾ ਸੀ 4 ਕਰੋੜ ਦਾ, ਦੋਖੀਆਂ ਨੇ ਖਰੀਦ ਕੇ ਉਹਨੂੰ ਸਾੜਨਾ ਹੀ ਸੀ ਬਸ, ਤਾਂ ਕਿ ਸਿੱਖ ਕੌਮ ਦਾ ਸਰਮਾਇਆ ਖਤਮ ਕਰ ਦੇਣੇ। ਪਹਿਲਾਂ ਵੀ ਇੱਕ ਪਟਨਾ ਸਾਹਿਬ ਤੋਂ ਸਰੂਪ ਚੋਰੀ ਹੋਏ ਸੀ, ਉਹ ਵੀ ਫੜੇ ਗਏ ਸੀ। ਜਿਹੜੇ ਬੰਦੇ ਨੇ ਉਦੋਂ ਖਰੀਦੇ ਸੀ ਉਹ ਬੰਦੇ ਨੇ ਹੁਣ 4 ਕਰੋੜ ਦਿੱਤਾ ਇਸ ਤਰ੍ਹਾਂ। ਪਰ ਉਹ ਗੁਰਦੁਆਰਾ ਸਾਹਿਬ ਦੇ ਸਤਿਕਾਰ ਨਾਲ ਹੀ ਰੱਖ ਕੇ ਦੇਹੜੀਆਂ ਵਿੱਚ ਰੱਖ ਕੇ ਆ ਗਈ ਸਵੇਰੇ 3 ਵਜੇ। ਸੰਗਤ ਆਈ, ਇਕੱਠੀ ਹੋ ਗਈ, ਗ੍ਰੰਥੀ ਸਿੰਘ ਨੇ ਸਪੀਕਰ 'ਚ ਬੋਲਿਆ, ਪੁਲਿਸ ਆਈ, ਉਹ ਸਰੂਪ ਫਿਰ ਉੱਥੇ ਛੱਡ ਕੇ ਆਉਂਦੇ। ਇਸ ਤਰ੍ਹਾਂ ਦਿੱਤਾ ਤਾਂ ਸੀ, ਬਹੁਤ ਵੱਡੀ ਬਖਸ਼ਿਸ਼ ਕੀਤੀ ਸੀ ਖਾਲਸੇ ਅਤੇ ਕੌਮ 'ਤੇ। ਪਰ ਇਹ ਜਿਹੜੇ ਲੋਕ ਨੇ ਇਹ ਬੇਅਦਬੀ ਕਰੀ ਜਾਂਦੇ ਨੇ, ਜਿਸ ਸਰੂਪ ਦੇ ਆਸਰੇ ਧਰਤੀ ਨੇ ਵਜਣਾ ਸੀ ਉਸੇ ਸਰੂਪ ਦੀ ਇੰਨੀ ਬੇਅਦਬੀ ਹੋ ਰਹੀ ਹੈ। ਤੋ ਇਸ ਤਰ੍ਹਾਂ ਜਿੱਥੇ ਆਪਣੇ ਵਿੱਚ ਕੋਈ ਜ਼ੋਰ ਨਹੀਂ ਹੈ, ਪਰ ਆਪਾਂ ਸਾਰੇ ਗੁਰੂ ਸਾਹਿਬ ਅੱਗੇ ਬੇਨਤੀ ਕਰੀਏ, ਆਪ ਕਿਰਪਾ ਕਰੋ ਮਹਾਰਾਜ, ਇਹ ਬੇਅਦਬੀਆਂ ਨਾ ਹੋਣ, ਤੁਸੀਂ ਕਿਰਪਾ ਕਰੋ, ਆਪਣਾ ਪਹਿਰਾ ਕਰੋ। ਹੁਣ ਇਹ ਇੰਨੀਆਂ ਬੇਨਤੀਆਂ ਜ਼ਰੂਰੀ ਸੀ ਕਰਨੀਆਂ, ਤਾਂ ਕਿ ਜਿਸ ਬਾਣੀ ਦੇ ਆਸਰੇ ਇੰਨੇ ਜਾਣੇ ਤਰਦੇ ਨੇ, ਇੰਨੇ ਭਗਤ, ਇੰਨੇ ਭੱਟ, ਇੰਨੇ ਸਿੱਖ, ਇੰਨੇ ਪਰਮੇਸ਼ਰ ਦੇ ਨਾਮ, ਉਹਦਾ ਸਾਡਾ ਫਰਜ਼ ਬਣਦਾ ਸੇਵਾ। ਦਸਵੇਂ ਪਾਤਸ਼ਾਹ ਕੋਲ 25 ਪਹਿਰੇਦਾਰ ਹੁੰਦੇ ਸੀ, ਪਿੰਡ ਵਿੱਚ ਰਾਸਲੀਲਾ ਹੋ ਰਹੀ ਸੀ, ਰਾਤ ਨੂੰ ਚਿਮਟਿਆਂ, ਢੋਲਕੀਆਂ, ਘੁੰਗਰੂਆਂ ਦੀ ਆਵਾਜ਼ ਆਉਂਦੀ, ਢੋਲਕੀਆਂ ਵੱਜਦੀਆਂ, ਵਿੱਚ ਵਿੱਚ ਕਈ ਪਹਿਰੇਦਾਰ ਕਹਿੰਦੇ ਆਪਾਂ ਦੇਖਣ ਜਾਣਾ, 12 ਜਾਣੇ ਕਹਿੰਦੇ ਅਸੀਂ ਜਾਂਦੇ ਹਾਂ, ਤੁਸੀਂ ਖੜੋ ਫਿਰ ਤੁਸੀਂ ਜਾਇਓ ਕੱਲ੍ਹ। 12 ਜਾਣੇ ਚਲੇ ਗਏ ਦੇਖਣ ਰਾਸ ਲੀਲਾ। ਸਵੇਰ ਨੂੰ ਦੀਵਾਨ ਵਿੱਚ ਬੈਠੇ ਸਤਿਗੁਰਾਂ ਨੇ ਕਿਹਾ ਰਾਤ ਵਾਲੇ ਪਹਿਰੇਦਾਰ ਸਾਰੇ ਬੁਲਾ ਕੇ ਜਾਓ, ਜਾਣੀ ਜਾਣ ਅੰਤਰ ਜਾਮੀ ਸਰਗੂ। ਉਸ ਵਕਤ ਗੁਰੂ ਸਾਹਿਬ ਕਹਿਣ ਲੱਗੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਕਹਿੰਦੇ ਮਹਾਰਾਜ ਭਾਵ ਕਹਿੰਦੇ ਜਿਹੜੇ ਇੱਥੋਂ ਛੱਡ ਕੇ ਗਏ ਸੀ ਰਾਸਲੀਲਾ ਦੇਖਣ, ਉਹਨਾਂ ਦਾ ਮਨ ਮੇਰੇ ਕੋਲ ਸੀ, ਉਹ ਵੀ ਮਹਾਰਾਜ ਉੱਠ ਨਾ ਜਾਣ, ਮਹਾਰਾਜ ਕਿਤੇ ਗੁੱਸੇ ਨਾ ਹੋਣ, ਮਹਾਰਾਜ ਕਿਤੇ ਐਂ ਨਾ ਕਹਿਣ। ਕਹਿੰਦੇ ਜਿਹੜੇ ਮੇਰੇ ਕੋਲ ਖੜ੍ਹੇ ਸੀ ਇਹਨਾਂ ਦਾ ਮਨ ਉੱਥੇ ਸੀ ਵੀ ਉਹ ਹੁਣ ਢੋਲਕੀ ਵੱਜੀ ਆ, ਹੁਣ ਛੈਣਾ ਵੱਜਿਆ। ਕਹਿੰਦੇ ਜਿਹੜੇ ਉੱਥੇ ਗਏ ਸੀ ਉਹਦਾ ਮਨ ਮੇਰੇ ਕੋਲ ਸੀ, ਉਹ ਹਾਜ਼ਰ ਸੀ, ਇੱਥੇ ਵਾਲਾ ਦਾ ਸਰੀਰ ਹੀ ਹਾਜ਼ਰ ਸੀ, ਮਨ ਉੱਥੇ ਸੀ, ਇਸ ਕਰਕੇ ਇਹ ਗੈਰ ਹਾਜ਼ਰ ਬਣੇ ਨੇ। ਸਾਖੀਆਂ ਸਾਡੇ ਲਈ ਬਣੀਆਂ ਨੇ, ਜਦੋਂ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਦੇ ਹਾਂ, ਜੇ ਤੁਹਾਡਾ ਮਨ ਗੁਰੂ ਦੀ ਹਜ਼ੂਰੀ 'ਚ ਨਹੀਂ ਹੈਗਾ ਤਾਂ ਤੁਸੀਂ ਗੈਰ ਹਾਜ਼ਰ ਮੰਨੇ ਜਾਂਦੇ। ਜੇ ਇਸੇ ਕਰਕੇ ਥੋੜ੍ਹੀ ਕੋਸ਼ਿਸ਼ ਕਰੋ, ਇੰਨੇ ਵੀ ਨਾ ਢਿੱਲੇ ਪਓ ਕਿ ਜਿੱਥੇ ਮਰਜ਼ੀ ਮਨ ਨੂੰ ਘੁੰਮਣ ਦਿਓ ਤਾਂ ਆਪ ਆਰਾਮ ਨਾਲ ਇੱਥੇ ਬੈਠੇ ਰਹੋ, ਕਿਉਂਕਿ ਮਨ ਨੂੰ ਬਾਣੀ ਸੁਣਾਉਣੀ ਹੈ, ਮਨ ਨੂੰ ਕਥਾ ਸੁਣਾਉਣੀ ਹੈ, ਮਨ ਨੂੰ ਕੀਰਤਨ ਸੁਣਾਉਣਾ ਹੈ। ਜੇ ਤੁਸੀਂ ਇਸ ਕਿਰਿਆ ਨੂੰ ਕਰਦੇ ਹੋ, ਹਜ਼ੂਰੀ 'ਚ ਬੈਠ ਕੇ ਮਨ ਨੂੰ ਰੋਕ ਰੋਕ ਕੇ ਬਾਣੀ ਸੁਣਾਉਂਦੇ ਹੋ, ਤਾਂ ਸਫਲਤਾ ਨੂੰ ਫਿਰ ਬਹੁਤੀ ਦੇਰ ਨਹੀਂ ਲੱਗਦੀ, ਬਹੁਤ ਛੇਤੀ ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਦੀ ਬਖਸ਼ਿਸ਼ ਹੁੰਦੀ। ਕਿਉਂਕਿ ਸਤਿਗੁਰੂ ਨੇ 4 ਪੌੜੀਆਂ ਸੁਣਿਆ ਦੇ ਉੱਤੇ ਉਚਾਰਨ ਕੀਤੀਆਂ, ਉਹ ਸੁਣਨ ਨਾਲ ਸਾਰਾ ਕੁਛ ਆਪਣੇ ਆਪ ਹੀ ਕਿਰਪਾ ਹੁੰਦੀ ਹੈ, ਪਰ ਧਿਆਨ ਦੇ ਨਾਲ ਬਾਣੀ ਆਪਾਂ ਨੂੰ ਸਰਵਣ ਕਰਨੀ ਚਾਹੀਦੀ ਹੈ। ਔਰ ਇੱਕ ਗੱਲ ਦੇਖੋ ਵੀ ਆਪਾਂ ਜਿਹੜੇ ਇੰਨਿਆਂ ਸਾਲਾਂ ਦੇ ਕਥਾ ਕੀਰਤਨ ਸੁਣੀ ਜਾਂਦੇ ਹਾਂ,
ਔਰ ਕਦੇ ਇਹਨੂੰ ਮੰਨਣ ਦਾ ਯਤਨ ਨਹੀਂ ਕੀਤਾ। ਜਦੋਂ ਇਹ ਨੌਲੇਜ ਆਪਣੇ ਕੋਲ ਬਹੁਤ ਹੋ ਜਾਂਦੀ, ਇੱਕ ਬੰਦਾ ਇੱਕ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕਥਾ ਸੁਣੇ, ਸਟੀਕ ਸੁਣੇ, ਸੁਣ ਲਵੇ, ਪੜ੍ਹ ਲਵੇ, ਪਰ ਉਹਦੇ ਵਿੱਚੋਂ ਕੁਛ ਵੀ ਨਾ ਕਮਾਵੇ, ਉਹ ਸਾਰੇ ਸਟੀਕ ਨੂੰ ਪੜ੍ਹਨ ਤੋਂ ਬਾਅਦ ਕਿ ਹੈ ਵੈਸੇ ਕੁਛ ਨਹੀਂ, ਠੀਕ ਹੀ ਹੈ, ਮੇਰਾ ਤਾਂ ਕੁਛ ਬਣਿਆ ਨਹੀਂ, ਮੇਰਾ ਸੁਧਰਿਆ ਹੀ ਨਹੀਂ ਕੁਛ, ਮੈਂ ਤਾਂ ਇੰਨਾ ਪਾਠ ਕੀਤਾ, ਇੰਨਾ ਬਣਿਆ ਤਾਂ ਕੁਛ ਨਹੀਂ। ਕਿਉਂ ਉਹ ਬੰਦੇ ਦਾ ਕਸੂਰ ਕੀ ਹੈ? ਉਹਨੇ ਸਿਰਫ ਸੁਣਿਆ ਗਿਆਨ, ਪਰ ਗਿਆਨ ਨੂੰ ਕਮਾਇਆ ਨਹੀਂ ਹੈ। ਗਿਆਨ ਨੂੰ ਕਮਾਉਣ ਨਾਲ ਗੱਲ ਬਣਦੀ ਹੈ, ਬਾਣੀ ਦੀ ਪੰਕਤੀ ਦੇ ਉੱਤੇ ਅਸਰ ਕਰੋ। ਹਾਂ, ਮੈਨੂੰ ਆਹ ਬਚਨ ਕਹੇ ਨੇ, ਇਹ ਮੈਂ ਕਮਾਉਣੇ, ਨਹੀਂ ਤਾਂ ਤੁਸੀਂ ਇੱਦਾਂ ਹੀ ਫੋਕਟ ਰਹਿ ਜਾਣਾ, ਫਿਰ ਸੁਣ ਕੇ ਸੁਣ ਕੇ ਸੁਣ ਕੇ ਤੁਰ ਜਾਂਦੇ ਸਾਰੇ ਜਾਣੇ, ਅਮਲ ਕੋਈ ਨਹੀਂ। ਕਿਉਂਕਿ ਉਹਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਕੇ ਗ੍ਰਹਿਣ ਕਰਨਾ। ਜੇ ਗ੍ਰਹਿਣ ਨਹੀਂ ਨਾ ਕੀਤਾ, ਫਿਰ ਸੁਣੇ ਹੋਏ ਦਾ ਤਾਂ ਐਂ ਵੀ ਹਾਂ ਵਧੀਆ, ਸਭ ਕੁਛ ਵਧੀਆ ਕਹਿ ਕਰਾ ਕੇ ਕੋਈ ਅਸਰ ਨਹੀਂ ਹੈ। ਆਓ ਕੋਸ਼ਿਸ਼ ਕਰੀਏ, ਜਿੰਨੀ ਬਾਣੀ ਸਰਵਣ ਕਰੀਏ, ਉਨੀ ਬਾਣੀ ਨੂੰ ਮੰਨਣ ਕਰੀਏ, ਉਨੀ ਬਾਣੀ ਨੂੰ ਕਥਾ ਨੂੰ ਨਾਲ ਨਾਲ ਕਮਾਉਣ ਦਾ ਯਤਨ ਕਰੀਏ। ਮੈਨੂੰ ਪਤਾ ਕਿ ਸਾਰੀ ਚੀਜ਼ ਨਹੀਂ ਸੁਣੀ ਜਾਂਦੀ, ਨਹੀਂ ਕੋਈ ਗੱਲ ਨਹੀਂ, ਜਿੰਨੀ ਆਪਾਂ ਸੁਣਦੇ ਹਾਂ ਉਹਨਾਂ ਮੰਨਿਆ ਨਹੀਂ ਜਾਂਦਾ ਹੁੰਦਾ, ਜਿੰਨਾ ਆਪਾਂ ਮੰਨਦੇ ਹਾਂ ਉਹਨਾਂ ਕਮਾਇਆ ਨਹੀਂ ਜਾਂਦਾ ਹੁੰਦਾ। ਇਸ ਕਰਕੇ ਕੋਸ਼ਿਸ਼ ਕਰੋ, ਵੱਧ ਤੋਂ ਵੱਧ ਸੁਣੀਏ, ਵੱਧ ਤੋਂ ਵੱਧ ਮੰਨੀਏ, ਕਮਾਈਏ। ਜੇ ਇੱਕ ਹੀ ਪੰਕਤੀ ਨੂੰ ਕਮਾ ਲੈਂਦੇ ਹਾਂ ਤਾਂ ਸਮਝ ਲਓ ਆਪਣੀ ਉਹ ਚੀਜ਼ ਸ਼ੁਰੂ ਹੋ ਜਾਂਦੀ। ਹਾਂ, ਕਮਾਉਣਾ ਸਿੱਖਣਾ ਬਸ। ਜਿਵੇਂ ਕਿਸੇ ਬਜ਼ੁਰਗ ਨੇ ਕਿਹਾ ਸੀ ਪਾਠੀ ਸਿੰਘਾਂ ਨੂੰ, ਕਹਿੰਦੇ ਕਿੰਨੇ ਪਾਠ ਕਰ ਲਏ ਅੱਜ ਤੱਕ? ਕਹਿੰਦੇ ਉਹ ਕਹਿੰਦਾ 500, ਦੂਜਾ ਕਹਿੰਦਾ ਮੈਂ 200 ਖੰਡ ਪਾਠ ਕੀਤਾ, ਕਹਿੰਦਾ ਮੈਂ ਤਾਂ ਬਹੁਤ 700-800 ਖੰਡ ਪਾਠ, 500-600 ਸਹਿਜ ਪਾਠ ਜ਼ਿੰਦਗੀ ਭਰ ਚ ਕਰ ਲਿਆ। ਕਹਿੰਦੇ ਬਜ਼ੁਰਗ ਤੁਸੀਂ ਕਿੰਨੇ ਅੱਜ ਤੱਕ ਪਾਠ ਕੀਤੇ ਜੇ ਸਾਨੂੰ ਪੁੱਛਦੇ ਹੋ? ਕਹਿੰਦਾ ਮੈਂ ਤਾਂ ਸਿਰਫ 70 ਅੰਗ ਪੜ੍ਹੇ। ਉਹ ਸਾਰੇ ਪਾਠੀ ਹੱਸਣ ਲੱਗ ਗਏ, 70 ਅੰਗ ਹੀ ਪੜ੍ਹੇ? ਕਹਿੰਦਾ ਨਹੀਂ, ਮੰਨੇ ਵੀ ਹੈ। ਅੱਛਾ, ਮੰਨੇ ਵੀ ਹੈ, ਕਮਾਏ ਵੀ ਹੈ, ਅੰਦਰ ਵਸਾਏ ਵੀ ਹੈ, ਅਤੇ ਮੈਂ ਅੱਜ ਪਰਮ ਪਦਵੀ ਦਾ ਮਾਲਕ ਹਾਂ, ਬ੍ਰਹਮ ਗਿਆਨ ਤੱਕ ਚਲਿਆ ਗਿਆ। ਉਹ ਕਹਿਣ ਤੋਂ ਭਾਵ ਕਿ ਬਾਣੀ ਨੂੰ ਸੁਣਨਾ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਾਵੋ, ਸੁਣੋ, ਪੜ੍ਹੋ, ਨਿਤ ਭਾਈ ਗੁਰਪੂਰੈ ਤੂੰ ਰਾਖਿਆ। ਆਓ ਸਤਿਗੁਰੂ ਮਹਾਰਾਜ ਹੁਣ ਜਿਵੇਂ ਬਖਸ਼ਿਸ਼ ਕਰਦੇ ਨੇ ਆਪਣੇ 'ਤੇ, ਸ੍ਰੀ ਸੁਖਮਨੀ ਸਾਹਿਬ ਲੜੀਵਾਰ ਕਥਾ ਤੀਸਰੀ ਅਸ਼ਟਪਦੀ ਔਰ 3 ਪੌੜੀਆਂ ਸਰਵਣ ਕੀਤੀਆਂ, 4th ਪੌੜੀ ਵਿੱਚ ਸਤਿਗੁਰੂ ਬਖਸ਼ਿਸ਼ ਕਰਕੇ ਦੱਸਦੇ ਨੇ, ਵਾਹਿਗੁਰੂ ਵਾਹਿਗੁਰੂ ਕਰੋ, ਨਾਲ ਨਾਲ ਕਥਾ ਸੁਣੀ ਜਾਓ, ਨਾਲ ਨਾਲ ਚਿੱਤ ਨੂੰ ਟਿਕਾ ਕੇ ਰੱਖੋ, ਮਨ 'ਤੇ ਪਹਿਰਾ ਦਿਓ, ਬਸ ਤੁਹਾਡਾ ਮਨ ਵਿੱਚੋਂ ਬਾਹਰ ਜਾਊਗਾ। ਕਿਉਂਕਿ ਅੱਜ ਰਾਤ ਨੂੰ ਤੁਸੀਂ ਕਈ ਕਿਸੇ ਕੋਲ ਜਾਣਾ, ਹੁਣ ਵੀ ਫਲਾਣੇ ਨੂੰ ਮਿਲ ਵੀ ਜਾਣਾ, ਕਥਾ ਤੋਂ ਬਾਅਦ ਜਾ ਕੇ ਅਜੇ ਰੋਟੀ ਵੀ ਖਾਣੀ ਆ, ਆਹ ਵੀ ਕਰਨਾ, ਕੱਲ੍ਹ ਨੂੰ ਵੀ ਕਿਤੇ ਜਾਣਾ, ਆਉਣ ਵਾਲੇ ਸੰਡੇ ਨੂੰ ਕਿਤੇ ਵਿਆਹ ਵੀ ਜਾਣਾ, ਉਹ ਵੀ ਮਨ ਕਈ ਇਹ ਪਤਾ ਨਹੀਂ ਕਈ ਕੁਛ ਬੈਠਾ ਕਰੀ ਜਾਂਦਾ ਇੱਥੇ, ਨਹੀਂ ਤਾਂ ਫਿਰ ਪ੍ਰਮਾਣ ਵਿਪਰਜੇ ਨਿੰਦਰਾ ਵਿਕਲਪ ਸਿਮਰਤੀ ਬਿਰਤੀਆਂ 'ਚ ਫਸਿਆ ਰਹਿੰਦਾ, ਕੋਈ ਨਾ ਕੋਈ ਇੱਥੇ ਚੀਜ਼ ਦੇਖ ਕੇ ਉਹਦੇ ਉਧੇੜ ਬੁਣ 'ਚ ਪੈ ਜੂਗਾ, ਕਥਾ ਸਾਰੀ ਲੰਘ ਜੂ ਤੁਹਾਡੀ। ਇਹ ਕਿਸੇ ਨਾ ਕਿਸੇ ਚੀਜ਼ ਨੂੰ ਬਣਾਉਣ ਲੱਗ ਪੈਂਦਾ, ਜਿੱਦਣ ਨੂੰ ਨਿਗਾਹ ਤੁਹਾਡੀ ਚਲੇਗੀ ਉੱਧਰ ਨੂੰ ਹੀ ਸ਼ੁਰੂ ਕਰ ਦੇਣਾ ਬਣਾਉਣਾ, ਇਹ ਚੀਜ਼ ਇੰਨੇ ਦੀ ਆ, ਸਾਡੇ ਵੀ ਆ, ਉੱਥੋਂ ਖਰੀਦੀ ਸੀ, ਇਹ ਬੜਾ ਵਧੀਆ, ਆਹ ਚੀਜ਼ ਚਾਹੀਦਾ, ਕਮਾ ਕਮਾ ਕੇ ਗੱਲਾਂ ਕਰਨਾ। ਨੀਂਦ ਆਉਣ ਲੱਗ ਜਾਂਦੀ ਹੈ, ਪ੍ਰਮਾਣ ਵਿਪਰਜੇ ਪੁੱਠੇ ਜੇ ਖਿਆਲ ਸੋਚਣ ਲੱਗ ਜਾਂਦਾ, ਸੇਵਾ ਥੋੜ੍ਹੀ ਮਾਕਰ ਬਹੁਤਾ ਹੋ ਜਾਂਦਾ, ਵਿਕਲਪ ਕਰਦਾ, ਮੈਂ ਇੰਨੀ ਬਾਣੀ ਪੜ੍ਹੀ ਹੈ ਮੈਨੂੰ ਇੰਨਾ ਜ਼ਿਆਦਾ ਫਲ ਮਿਲੇ, ਉਹ ਵਿਕਲਪ ਹੋ ਜਾਂਦੇ ਨੇ, ਨਹੀਂ ਤਾਂ ਫਿਰ ਪਿਛਲੀਆਂ ਗੱਲਾਂ ਹੀ ਯਾਦ ਆਈ ਜਾਂਦੀਆਂ, ਉਹਨੂੰ ਸਿਮਰਤੀ ਕਹਿੰਦੇ ਨੇ। ਕੁਛ ਨਾ ਕੁਛ ਗੱਲ ਚੱਲ ਜੂਗੀ ਮਨ ਦੇ ਵਿੱਚ, ਤੁਸੀਂ ਦੇਖੋ ਬੈਠ ਕੇ, ਕਦੇ ਇਸ ਨੂੰ ਦੇਖੋ ਟਿਕਾ ਕੇ, ਕੋਈ ਵੀ ਗੱਲ ਤੁਹਾਡੇ ਮਨ 'ਚ ਘੁੰਮਣ ਲੱਗ ਜਾਣੀ ਹੈ, ਔਰ ਇਹਨੇ ਤੁਹਾਨੂੰ ਕਥਾ 'ਚ ਲੈ ਜਾਣਾ ਕੱਢ ਕੇ, ਇਹ ਸ਼ੁਰੂ ਤੋਂ ਲੈ ਕੇ ਇਸ ਤਰ੍ਹਾਂ ਦਾ ਹੀ ਹੈ, ਸ਼ੈਤਾਨ ਹੈ ਸੁਭਾਅ ਦਾ। ਆਓ ਆਪਾਂ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਆਪਣੇ ਅੰਦਰ ਵਸਾਈਏ,
ਪਿਆਰ ਨਾਲ ਪਹਿਲਾਂ ਇੱਕ ਵਾਰ ਸੰਗਤਾਂ ਦੀ ਥੋੜ੍ਹੀ ਜਿਹੀ ਇਸ ਗੱਲ ਦੇ ਉੱਤੇ ਮੰਗ ਹੈ ਵੀ ਕਿਉਂਕਿ ਨਾਮ ਜ਼ਰੂਰ ਕਹਿ ਦਿਆ ਕਰੋ ਦੋ ਚਾਰ ਪੰਜ ਵਾਰੀ ਸੋ ਤਾਂ ਕਿ ਹਰਿਮੰਦਰ ਸਾਹਿਬ ਦੀ ਵੀ ਯਾਦ ਆ ਜਾਂਦੀ ਫਿਰ ਪ੍ਰਕਾਸ਼ ਵੇਲੇ ਸੁਖਾਸਨ ਵੇਲੇ ਸੰਗਤਾਂ ਲੈ ਕੇ ਜਾਂਦੀਆਂ ਸਰੂਪ ਨੂੰ ਉਦੋਂ ਸੰਗਤ ਬਹੁਤ ਪਿਆਰ ਨਾਲ ਕਹਿੰਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਇਉਂ ਨਾਲ ਨਾਲ ਕਥਾ ਵੀ ਸੁਣੀ ਜਾਓ ਆਪਣੇ ਅੰਦਰ ਸਿਮਰਨ ਵੀ ਲਈ ਜਾਓ ਇਹ ਮਨ ਨੂੰ ਇੱਕ ਟਿਕਾਉਣ ਦਾ ਤਰੀਕਾ ਹੈ ਕਿ ਜਦੋਂ ਮਨ ਇੱਕ ਪਾਸੇ ਸਿਮਰਨ ਕਰ ਰਹੇ ਹਾਂ ਇੱਕ ਪਾਸੇ ਕਥਾ ਸੁਣਦੇ ਹਾਂ ਮਨ ਨੂੰ ਦੋ ਕੰਮਾਂ 'ਚ ਲਾ ਕੇ ਰੱਖੀਏ ਫਿਰ ਛੇਤੀ ਜਾਂਦਾ ਨਹੀਂ ਕਿਉਂਕਿ ਰੁਝਾਇਆ ਹੋਇਆ ਇਹਨੂੰ ਆਓ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਬਚਨ ਕਮਾਉਣ ਵਾਲੇ ਬਚਨ ਹੈ ਸਾਰੇ ਵਾਹਿਗੁਰੂ ਜੀ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਬਹੁਤੇ ਸਿਆਣੇ ਬਣਦੇ ਲੋਕ ਆਪਣੀ ਚਤਰਾਈ ਅਕਲ ਨੂੰ ਵਰਤਦੇ ਆ ਮੇਰੇ ਅੱਗੇ ਦਿਮਾਗ ਨਹੀਂ ਮੈਂ ਬਹੁਤ ਸਿਆਣਾ ਰਾਵਣ ਵਰਗੇ ਹਰਨਾਕਸ਼ ਵਰਗੇ ਕੰਸ ਵਰਗੇ ਅਫਲਾਤੂ ਵਰਗੇ ਬਹੁਤੀਆਂ ਸਿਆਣਪਾਂ ਕਰਨ ਨਾਲ ਵੀ ਜਮਾਂ ਦਾ ਡਰ ਲੱਗਦਾ ਰਹਿੰਦਾ ਕਿਉਂਕਿ ਜਮਦੂਤ ਜਿਹੜਾ ਸਿਆਣੇ ਬੰਦੇ ਨੂੰ ਜ਼ਿਆਦਾ ਉਹ ਕਹਿੰਦੇ ਤੂੰ ਕਿੱਧਰੋਂ ਸਿਆਣਾ ਆ ਗਿਆ ਕਈ ਲੋਕ ਸਿਆਣਪਾਂ ਵੀ ਕਰਦੇ ਨੇ ਕਹਿੰਦਾ ਬਲਾਨਾ ਸਿਆਣੇ ਕੋਲ ਜਾ ਕੇ ਆਇਆ ਕਈ ਲੋਕ ਬੁੱਧੀਮਾਨ ਬਹੁਤ ਸਿਆਣਪ ਕਰਦੇ ਨੇ ਪਰ ਉਹ ਗੱਲ ਬਣਦੀ ਨਹੀਂ ਹੈ ਉਹਨਾਂ ਤੋਂ ਕਿਉਂਕਿ ਗੁਰਮਤ ਵਿੱਚ ਗੁਰੂ ਘਰ ਵਿੱਚ ਆਪਾਂ ਨੇ ਆਪਣੀ ਮਤ ਨੂੰ ਇੱਕ ਪਾਸੇ ਰੱਖ ਦੇਣਾ ਹੁੰਦਾ ਅਤੇ ਗੁਰੂ ਸਾਹਿਬ ਦੇ ਕਹੇ ਅਨੁਸਾਰ ਚੱਲਣਾ ਹੁੰਦਾ ਇਹਨੂੰ ਕਹਿੰਦੇ ਗੁਰਮਤ ਵਿੱਚ ਆ ਗਿਆ ਜਦੋਂ ਹੁਣ ਇਹ ਤਾਂ ਆਪਾਂ ਵੀ ਸਿਆਣੇ ਹਾਂ ਤਾਂ ਕਾਫ਼ੀ ਦਿਮਾਗ ਨੇ ਅੱਜ ਪੜ੍ਹੇ ਲਿਖੇ ਸਾਰੇ ਹੀ ਨੇ ਹਰੇਕ ਹੀ ਪੜ੍ਹਿਆ ਲਿਖਿਆ ਸਿਆਣਾ ਸਭ ਕੁਛ ਹੈ ਪਰ ਜਿੰਨਾ ਤੁਸੀਂ ਮਰਜ਼ੀ ਸਿਆਣੇ ਬਣ ਜਾਓ ਪਰ ਤੁਸੀਂ ਆਪਣੀ ਸਿਆਣਪ ਨੂੰ ਜੇ ਵਰਤੋਗੇ ਤਾਂ ਤੁਸੀਂ ਮਨਮੁੱਖ ਕਹਿਲਾਓਗੇ ਮਨ ਦੇ ਮਗਰ ਲੱਗ ਕੇ ਤੁਸੀਂ ਆਪਣੇ ਆਪ ਨੂੰ ਸਿਆਣੇ ਬਣਦੇ ਹੋ ਸਤਿਗੁਰੂ ਕਹੇ ਨਹੀਂ ਤੂੰ ਸੱਤ ਬਚਨ ਕਹੇ ਕਿ ਸਾਡੇ ਬਚਨਾਂ ਨੂੰ ਕਮਾਉਣਾ ਹੈ ਤੈਨੂੰ ਦੱਸਤਾ ਵੀ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਸਾਰੀਆਂ ਪੰਕਤੀਆਂ ਇਕੱਲੀਆਂ ਆ ਚੁੱਕੀਆਂ ਜਪਜੀ ਸਾਹਿਬ ਵੀ ਨਾਲ ਨਾਲ ਚੱਲ ਰਿਹਾ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਔਰ ਨਾਲ ਹੀ ਅੱਜ ਕਹੇ ਤਾਂ ਮਹਾਰਾਜ ਨੇ ਜਿੰਨਾ ਮਰਜ਼ੀ ਸਿਆਣਪਾਂ ਕਰ ਲਓ ਅੱਗੇ ਚੱਲ ਕੇ ਹੋਰ ਵੀ ਕਹਿਣਗੇ ਕਿ ਭਗਤ ਬਿਨਾਂ ਬਹੁ ਡੂਬੇ ਸਿਆਣੇ ਇਹ ਸਿਆਣਪ ਜਿਹੜੀ ਆਪਣੀ ਇਹ ਕੋਲ ਰੱਖੋ ਇਹ ਕਿੱਥੇ ਕੰਮ ਕਰਦੀ ਹੈ ਜਿਹਨੇ ਨੌਕਰੀ ਕਰਨੀ ਆਪਣਾ ਕੰਪਿਊਟਰ ਚਲਾਉਣਾ ਦੁਨਿਆਵੀ ਗੱਲਾਂ ਉਹ ਚੱਕ ਕੇ ਆਪਾਂ ਇੱਥੇ ਕੋਸ਼ਿਸ਼ ਕਰਦੇ ਥੋਪਣ ਦੀ ਦੇਖੋ ਜਿਸ ਤਰ੍ਹਾਂ ਐਡੀ ਬਿਲਡਿੰਗ ਬਣਾ ਦਿੱਸ ਤਾਂ ਮੈਂ ਪੁਲ ਬਣਾ ਦਿੰਦਾ ਠੀਕ ਆ ਸਰਜਰੀ ਦਾ ਡਾਕਟਰ ਹੋਊਗਾ ਅੱਖਾਂ ਦਾ ਕੋਈ ਡਾਕਟਰ ਹੋਊਗਾ ਕੋਈ ਅਤੇ ਇੱਥੇ ਹੀ ਉਹ ਆਪਣੀ ਸਿਆਣਪ ਸਿਰ ਬਾਹਰ ਛੱਡੋ ਬੜੇ ਲੋਕਾਂ ਕੋਲ ਬੜੀਆਂ ਹੋਰ ਰਿੱਧੀਆਂ ਸਿੱਧੀਆਂ ਵੀ ਹੁੰਦੀਆਂ ਕਈ ਇਲਮ ਕਰ ਲੈਂਦੇ ਨੇ ਕਈ ਮੰਤਰ ਜੰਤਰ ਵੀ ਕਰਦੇ ਨੇ ਉਹਨਾਂ ਕੋਲ ਬੜੀ ਤਾਕਤ ਆ ਮੰਨਦੇ ਪਰ ਇੱਥੇ ਨਹੀਂ ਸਿੱਖ ਬਣਨਾ ਜੀਰੋ ਤੋਂ ਸ਼ੁਰੂ ਹੋਣਾ ਪੈਣਾ ਸਾਰੀ ਛੱਡ ਦਿਓ ਗੱਲ ਜਿਹੜੀ ਆਪਾਂ ਨੂੰ ਆਉਂਦੀ ਆ ਉਹ ਛੱਡ ਦਿਓ ਸਤਿਗੁਰੂ ਕਹਿੰਦੇ ਆਪਣੀ ਸਿਆਣਪ ਦਾ ਛੱਡ ਦਿਓ ਨਹੀਂ ਤਾਂ ਜਮਦੂਤਾਂ ਨੇ ਬਹੁਤ ਖਿੱਚ ਧੂ ਕਰਨੀ ਕਈ ਕਹਿੰਦੇ ਹੁੰਦੇ ਹੀ ਜਮਦੂਤ ਜੇ ਇਹ ਨਹੀਂ ਹੁੰਦੇ ਤਾਂ ਗੁਰੂ ਅਰਜਨ ਦੇਵ ਜੀ ਨੇ ਵੈਸੇ ਗਲਤੀ ਨਾਲ ਲਿਖਤਾ ਹੋਣਾ ਫਿਰ ਕਿ ਨਹੀਂ ਉਹੀ ਲਿਖਤਾ ਮਹਾਰਾਜ ਨੇ ਜਮਕਾ ਪਾਉ ਲਿਆ ਕੇ ਉਹ ਭਾਈ ਉਹਨਾਂ ਨੇ ਤਾਂ ਸਾਰਾ ਕੁਝ ਬਣਾਇਆ ਉਹੀ ਤਾਂ ਮਾਲਕ ਨੇ ਨਰਕ ਸਵਰਗ ਸਾਰੇ ਉਹਨਾਂ ਨੇ ਬਣਾਏ ਆ ਇਸ ਕਰਕੇ ਸਤਿਗੁਰੂ ਕਹਿੰਦੇ ਅਨਿਤ ਯਤਨ ਕਰ ਤ੍ਰਿਸ਼ਨ ਨਾ ਧਰਾਪੈ ਅਨੇਕਾਂ ਯਤਨਾਂ ਕਰਕੇ ਵੀ ਮਨ ਜਿਹੜਾ ਹੈ ਤ੍ਰਿਸ਼ਨਾ ਵੱਲੋਂ ਧਰਾਪੈ ਤੋਂ ਭਾਵ ਰਜਦਾ ਨਹੀਂ ਹੈ ਤ੍ਰਿਸ਼ਨਾ ਦਾ ਪ੍ਰਸੰਗ ਹੈ ਹੁਣ ਤ੍ਰਿਸ਼ਨਾ ਹਰ ਵਕਤ ਲੱਗੀ ਹੈ ਇਹ ਦੇਖੋ ਇੱਕ ਮਨ ਦੇ ਅੰਦਰ ਆਪਣਾ ਹੋੜ ਜਿਹੀ ਬਣ ਗਿਆ ਜੇ ਅੱਜ ਜੇ ਕਿਸੇ ਨੇ 500 ਪਾਉਂਡ ਕਮਾਇਆ ਇੱਕ ਤਾਂ ਹਜ਼ਾਰ ਹੁੰਦਾ ਹਜ਼ਾਰ ਲੈ ਅੱਜ ਹਜ਼ਾਰ ਲੈ ਲਾ 1500 ਹੁੰਦਾ ਅੱਗੇ ਅੱਗੇ ਇਸ ਤਰ੍ਹਾਂ ਚੱਲਦਾ ਜਿਵੇਂ ਇੱਕ ਟੱਬ ਪਾਣੀ ਦਾ ਲੈ ਕੇ ਉਹ 'ਚ ਇੱਕ ਲੱਕੜ ਦਾ ਟੁਕੜਾ ਰੱਖ ਦਿਉ
ਪਾਣੀ ਇੰਨਾ ਕੁ ਹੈ, ਲੱਕੜ ਦਾ ਟੁਕੜਾ ਉੱਪਰ ਤੈਰਦਾ, ਪਾਣੀ ਹੋਰ ਪਾ ਦਿਉ, ਟੁਕੜਾ ਹੋਰ ਉੱਪਰ, ਹੋਰ ਉੱਪਰ, ਹੋਰ ਉੱਪਰ। ਇਸੇ ਤਰ੍ਹਾਂ ਤ੍ਰਿਸ਼ਨਾ, ਚੁੱਲ੍ਹੇ ਵਿੱਚ ਜਿੰਨੀ ਲੱਕੜ ਪਾਓ ਚੁੱਲ੍ਹਾ ਉਹਨੂੰ ਸਾੜਦਾ ਹੀ ਜਾਂਦਾ, ਚੁੱਲ੍ਹਾ ਨਹੀਂ ਰੱਜਦਾ, ਐਵੇਂ ਆਪਾਂ ਅੰਦਰੋਂ ਨਹੀਂ ਰੱਜਦੇ। ਇਹ ਇੱਕ ਜਿਹੜੀ ਆ ਨਾ ਡਿਫੈਕਟ ਹੈ, ਇਹ ਗਲਤ ਗੱਲ ਹੈ, ਅਲਾਈਨਮੈਂਟ ਖਰਾਬ ਕਹਿੰਦੇ ਨੂੰ, ਟਾਇਰ ਦੀ ਅਲਾਈਨਮੈਂਟ ਖਰਾਬ, ਟਾਇਰ ਇਹਦੇ ਮੇਰੀ ਗੱਡੀ ਟਾਇਰ ਖਾਂਦੀ ਹੈ, ਉਹ ਫਿਰ ਬੰਦੇ ਕੋਲ ਆ ਅਲਾਈਨਮੈਂਟ ਸੈੱਟ ਕਰਨੀ, ਇਹ ਤੁਹਾਡੀ ਅਲਾਈਨਮੈਂਟ ਖਰਾਬ ਹੋਵੇ। ਤ੍ਰਿਸ਼ਨਾ ਇੰਨੀ ਜਦ ਆਪਾਂ ਜਿੰਨੀ ਰੋਟੀ ਖਾਣੀ ਹੈ ਉਨੀ ਆਪਣੇ ਕੋਲ ਹੈਗੀ ਹੈ, ਜਿੰਨੇ ਕੱਪੜੇ ਪਾਉਣੇ ਆ ਉਨੇ ਵੀ ਹੈਗੇ ਆਪਣੇ ਕੋਲ, ਘਰ ਵੀ ਹੈਗਾ, ਗੱਡੀ ਵੀ ਹੈਗੀ ਹੈ। ਪਰ ਫਿਰ ਇੱਕ ਇਸ ਤੋਂ ਅੱਗੇ ਹੋਰ ਚੀਜ਼ ਸਾਹਮਣੇ ਆਉਂਦੀ ਆ, ਜਿਹੜੀ ਉਹ ਇਹ ਚੀਜ਼ ਸਾਹਮਣੇ ਆ ਜਾਂਦੀ ਹੈ, ਗੱਡੀ ਤਾਂ ਹੈਗੀ ਆ ਪਰ ਥੋੜ੍ਹੀ ਜਿਹੀ ਹੁਣ ਨਵਾਂ ਮਾਡਲ ਆ ਗਿਆ, ਇਹ ਪਰ ਚਲੋ ਇਹ ਦੇਖ ਘੜੀ ਦਾ ਮਾਡਲ ਆਵਾਂ, ਹੁਣ ਮੋਬਾਈਲ ਦਾ ਮਾਡਲ ਆਵਾਂ ਆ ਗਿਆ, ਹੁਣ ਕੱਪੜੇ ਦਾ ਆ ਗਿਆ, ਹੁਣ ਇਹ ਤ੍ਰਿਸ਼ਨਾ ਹੋ ਗਈ। ਪੈਸਾ ਤਾਂ ਬਹੁਤ ਹੈ ਪਰ ਆਪਾਂ ਪੈਸੇ ਨੂੰ ਐਵੇਂ ਵਧਾਉਣ ਦਾ ਯਤਨ ਕਰਦੇ ਹਾਂ, ਕੀ ਫਾਇਦਾ ਇਹਦਾ ਵਧਾ ਕੇ? ਸਤਿਗੁਰੂ ਕਹਿੰਦੇ ਜਿਹੜੀ ਤੈਨੂੰ ਪੈਸਾ ਵਧਾਉਣ ਲਈ, ਕੱਪੜੇ ਵਧਾਉਣ ਲਈ ਨਹੀਂ ਸੀ ਕਿਹਾ, ਤੈਨੂੰ ਕਿਹਾ ਸੀ ਤੂੰ ਨਿਤਨੇਮ ਵਧਾਈ, ਤੂੰ ਨਾਮ ਵਧਾਈ, ਤੂੰ ਬੰਦਗੀ ਲਈ ਬਹੁਤਾ ਬੈਠੀ, ਤੂੰ ਉਹ ਮੰਨਿਆ ਹੀ ਨਹੀਂ ਗੱਲ, ਜਦੋਂ ਰੁੜਨਾ ਸਾਰਾ ਕੁਛ ਵੀ ਰੁੜ ਜਾਣਾ। ਇਹ ਉਹਦਾ ਕਮਾਉਣ ਦਾ ਸਤਿਗੁਰੂ ਕਹਿੰਦੇ ਫਾਇਦਾ ਨਹੀਂ ਹੈ। ਤ੍ਰਿਸ਼ਨਾ ਨਾ ਕਰ ਜ਼ਿਆਦਾ, ਤ੍ਰਿਸ਼ਨਾ ਨਾ ਕਰ, ਸਬਰ ਅਤੇ ਸੰਤੋਖ ਵਿੱਚ ਆ। ਸਬਰ ਅਤੇ ਸੰਤੋਖ ਨਾਮ ਨੇ ਦੇਣਾ। ਤੁਸੀਂ ਅੱਧਾ ਘੰਟਾ ਬਹਿ ਕੇ ਮਨ ਨੂੰ ਇੱਕ ਜਗ੍ਹਾ ਟਿਕਾ ਕੇ ਸਿਮਰਨ ਕਰੀ ਜਾਓ, ਵਾਹਿਗੁਰੂ 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 ਸੁਣੀ ਜਾਓ, ਕਰੀ ਜਾਓ। ਮੈਨੂੰ ਪਤਾ ਹੈ ਵਿੱਚੋਂ ਜਾਂਦਾ ਬਾਹਰ ਨੂੰ, ਫਿਰ ਇਹਨੂੰ ਮੁੜ ਲਿਆ, ਆ ਜਾ ਸਿਮਰਨ ਕਰਦੇ ਹਾਂ। ਅੱਧਾ ਘੰਟਾ, ਤਿੰਨ ਚਾਰ ਛੇ ਮਹੀਨੇ ਕਰੀ ਜਾਓ, ਤੁਹਾਡੇ ਸੁੱਤੇ ਸਿੱਧੀ ਤੁਹਾਡੇ ਅੰਦਰ ਕੀ ਆਊਗਾ? ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸੜ ਕੈ ਇਸ਼ਨਾਨ, ਸ਼ੁਭ ਗੁਣ ਤੁਹਾਡੇ ਅੰਦਰ ਆਪਣੇ ਆਪ ਹੀ ਆਉਣ ਲੱਗ ਪੈਣਗੇ। ਤੁਸੀਂ ਦੇਖੋਗੇ ਅੱਗੇ ਨਾਲੋਂ ਮੇਰਾ ਸੁਭਾਅ ਗੁਰਮੁਖ ਬਣ ਗਿਆ, ਮਨਮੁਖਤਾ ਹੀ ਮੇਰੀ ਦੂਰ ਹੋ ਚੱਲੀ ਹੈ, ਚੰਗੇ ਚੰਗੇ ਗੁਣ ਮੇਰੇ 'ਚ ਦਇਆ ਵੀ ਆ ਗਈ, ਧਰਮ ਵੀ ਆ ਗਿਆ, ਜਾਤ ਵੀ ਆ ਗਿਆ, ਜਾਤ ਪਹਾੜਾ ਧੀਰਜ ਸੁਨਿਆਰ ਅਰਣ ਮਤ ਵੇਦ ਹਥਿਆਰ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਿਆ ਵਿਭੂਤ, ਇਹ ਵੀ ਆਉਣੇ ਸ਼ੁਰੂ ਹੋ ਗਏ। ਹੁਣ ਜਦੋਂ ਤੱਕ ਤੁਹਾਡੇ 'ਚ ਸ਼ੁਭ ਗੁਣ ਨਹੀਂ ਆਉਂਦੇ ਉਦੋਂ ਤੱਕ ਤੁਸੀਂ ਗੁਰਮੁਖ ਨਹੀਂ ਬਣਦੇ। ਜਿੰਨਾ ਮਰਜ਼ੀ ਧਾਰਮਿਕ ਵਿਅਕਤੀ ਹੋਵੇ, ਬਾਣੀ ਨੂੰ ਪੜ੍ਹਦਾ ਹੋਵੇ, ਸਭ ਕੁਛ ਕਰਦਾ ਹੋਵੇ, ਉਹਦਾ ਕੋਈ ਗਲਤੀ ਕਰਦੇ ਨਾ ਮਾੜੀ ਜੀ, ਉੱਥੇ ਹੀ ਲੋਕ ਕਹਿਣ ਲਿਆ ਵੱਡਾ ਧਰਮੀ ਹੈ, ਇੱਕ ਔਗਣ ਨੇ ਤੁਹਾਨੂੰ ਮਾਰ ਦੇਣਾ, ਇੱਕ ਗੁਣ ਨਹੀਂ ਤੁਹਾਨੂੰ ਤਾਰ ਦੇਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੀ ਬਾਹਰਲਾ ਭੇਖ ਨਾ ਕਰ ਜ਼ਿਆਦਾ, ਦਿਖਾਵਾ ਨਹੀਂ ਕਰੀਦਾ, ਜਿੰਨਾ ਬਾਹਰ ਭੇਖ ਹੈ ਉਨਾ ਕੰਦਰੋਂ ਵੀ ਬਣ। ਭੇਖ ਅਨੇਕ ਅਗਨ ਨਹੀਂ ਬੁਝ ਹੈ, ਇਹ ਇੱਕ ਅੱਖਰ ਬੁਝ ਹੈ ਭੋਲਾ, ਇੱਕ ਸਿੱਝ ਹੈ ਕਸ ਕੇ ਹੈ, ਨਾਨਕ ਹੁਕਮ ਹੈ ਜੇ ਬੁਝ ਹੈ ਕਸ ਕੇ, ਉਹ ਬੁਝਣ ਦਾ ਮਤਲਬ ਸਮਝਣਾ, ਬੁਝ ਲੈ ਮੇਰੀ ਗੱਲ ਨੂੰ। ਇੱਥੇ ਹੈਗਾ ਬੁਝ ਹੈ ਭੋਲਾ, ਤ੍ਰਿਸ਼ਨਾ ਅਤੇ ਅੱਗ ਨੂੰ ਇਹ ਚੀਜ਼ਾਂ ਦੋ ਜੁੜਦੀਆਂ, ਤ੍ਰਿਸ਼ਨਾ ਬੁਝੈ ਅਤੇ ਅਗਨੀ ਬੁਝੈ, ਦੋ ਚੀਜ਼ਾਂ ਬੁਝਦੀਆਂ ਹੁੰਦੀਆਂ। ਸਤਿਗੁਰੂ ਕਹਿੰਦੇ ਬਾਹਰਲਾ ਲਿਬਾਸ ਪਾਉਣ ਨਾਲ ਅਗਨ ਨਹੀਂ ਬੁਝੈ, ਅਗਲੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਬਾਹਰਲਾ ਲਿਬਾਸ ਪਾਉਣ ਨਾਲ ਬੁਝਦੀ ਨਹੀਂ। ਪਰ ਇਹਦੇ 'ਤੇ ਜਿਹੜੇ ਹੁਣ ਤਰਕਵਾਦ ਵਾਲੇ ਆ, ਜਾਂ ਆਪਾਂ ਵੀ ਕੱਲ੍ਹ ਨੂੰ ਕਿਸੇ ਨੂੰ ਵੀ ਕਹਿ ਸਕਦੇ ਹਾਂ ਵੀ ਆਪ ਆਈ ਫਿਰਦਾ ਥੋੜ੍ਹਾ ਬਾਣਾ ਜਾਂ ਇਹਨਾਂ ਕਿਤੇ ਤ੍ਰਿਸ਼ਨਾ ਬੁਝਦੀ, ਇਹ ਤਾਂ ਭੇਖ ਗਈ ਫਿਰਦਾ ਅਤੇ ਇੱਦਾਂ ਵੀ ਚੱਲ ਪੈਂਦੇ ਆ ਆਪਾਂ ਪੁੱਠੇ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭੇਖ ਅਨੇਕ ਅਗਨ ਨਹੀਂ ਬੁਝੈ, ਨੇਕਾਂ ਭੇਖ ਧਾਰਨ ਕਰਨ ਨਾਲ ਉਹ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਬੁਝਦੀ ਨਹੀਂ। ਪਤਾ ਤਾਂ ਉੱਥੋਂ ਹੀ ਲੱਗਦਾ ਜਦੋਂ ਗੁਰੂ ਨਾਨਕ ਦੇਵ ਜੀ ਸੰਗਲਾ ਦੀਪ ਗਏ, ਸੰਗਲਾ ਦੀਪ ਪੁਰਾਣਾ ਨਾਮ ਹੈ, ਅੱਜ ਦਾ ਨਾਮ ਉਹ ਜਾਫਨਾ ਸ਼ਹਿਰ ਸ਼੍ਰੀ ਲੰਕਾ 'ਚ ਸ਼ਿਵਨਾਮ ਰਾਜੇ ਤੋਂ ਗਏ। ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ, ਧੰਨ ਗੁਰੂ ਨਾਨਕ ਆ ਜਾਓ, ਧੰਨ ਗੁਰੂ ਨਾਨਕ ਦੇਵ, ਬਹੁਤ ਗੁਰੂ ਸਾਹਿਬ ਜੁੜਿਆ ਹੋਇਆ ਸੀ। ਜਦੋਂ ਜੁੜਿਆ ਹੋਇਆ ਸੀ ਪਖੰਡੀਆਂ ਨੇ ਲਾਭ ਉਠਾਇਆ ਉਸ ਗੱਲ ਦਾ,
ਬਾਣੇ ਪਾ ਕੇ ਹੋਰ ਸੋਹਣੇ ਸੱਜ ਕੇ ਉਵੇਂ ਗੁਰੂ ਨਾਨਕ ਦੇਵ ਜੀ ਬਣ ਕੇ ਰਾਜੇ ਕੋਲ, ਮੈਂ ਗੁਰੂ ਨਾਨਕ। ਹੁਣ ਰਾਜਾ ਸ਼ਰਧਾਵਾਨ ਸੀ, ਜਿਵੇਂ ਆਪਣੀ ਕੌਮ ਹੈ ਬਹੁਤ ਸ਼ਰਧਾ ਵਾਲੀ ਹੈ, ਬਹੁਤ ਧਾਰਮਿਕ ਨੇ ਸਾਰੇ, ਸ਼ਰਧਾ ਵਾਲੇ ਨੇ, ਪਰ ਆਪਣੀ ਕੌਮ ਨੂੰ ਗੁੰਮਰਾਹ ਲੋਕ ਕਰ ਛੱਡਦੇ ਨੇ। ਕਿੱਦਾਂ ਪਿੰਡਾਂ ਵਿੱਚ ਜਿਵੇਂ ਜਾਂਦੇ ਨੇ ਕਈ ਖਰੀਦੇ ਜਿਹੇ ਹੋਏ ਬੰਦੇ ਹੁੰਦੇ ਆ, ਗਰੀਬ ਪਰ ਦੇ ਵਿਚਾਰੇ ਘਰੋਂ, ਅਤੇ ਉਹਨਾਂ ਨੂੰ ਕੋਈ 10 ਲੱਖ ਵੀ ਦੇ ਦਿਓ, ਪੁੱਠਾ ਬੋਲਣ ਤਿਆਰ ਹੀ ਹੋ ਜਾਣ ਝੱਟ। ਉਹ ਜਾ ਕੇ ਕਹਿਣਗੇ ਉਹ, ਦੇਖੋ ਜੀ ਹੇਮਕੁੰਡ ਸਾਹਿਬ ਜਾਣਾ ਹੀ ਨਹੀਂ ਚਾਹੀਦਾ, ਹੇਮਕੁੰਡ ਸਾਹਿਬ ਦਾ ਹੋਵੇ ਹੀ ਨਹੀਂ, ਉਹ ਐਵੇਂ ਹੀ ਗੱਲ। ਮੈਂ ਸੰਤ ਜਰਨੈਲ ਸਿੰਘ ਜੀ ਨਾਲ 2 ਵਾਰੀ ਗਿਆ ਉੱਥੇ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਰ ਸਾਲ ਜਾਂਦੇ ਸੀ ਉੱਥੇ, ਕਿਹੜਾ ਮਹਾਂਪੁਰਖ ਹੈ ਉੱਥੇ ਨਹੀਂ ਗਿਆ, ਹੁਣ ਵੀ ਕਿਹੜੇ ਮਹਾਂਪੁਰਖ ਜਿਹੜੇ ਨਹੀਂ ਜਾਂਦੇ, ਉਹ ਉਦੇ ਰਿਜੈਕਟ ਕਰ ਦਿੰਦੇ ਵੀ ਨਹੀਂ ਨਹੀਂ ਇਹ ਗਲਤ ਗੱਲ ਹੈ, ਇੱਥੇ ਕੁਝ ਨਹੀਂ ਹੋਇਆ। ਭਾਈ ਵੀਰ ਸਿੰਘ ਨੇ ਵੀ ਉਹਦੇ ਬਾਰੇ ਲਿਖਿਆ, ਉਹ ਸਾਰਿਆਂ ਲਿਖਿਆ ਪਿੰਡਾਂ 'ਚ। ਫਿਰ ਹੁਣ ਪਿੰਡਾਂ 'ਚ ਕਹਿਣ ਲੱਗ ਪਏ ਰੱਬ ਤਾਂ ਹੁੰਦਾ ਹੀ ਨਹੀਂ, ਨਾਲੇ ਬਾਣਾ ਪਾਇਆ ਸਿੱਖੀ ਦਾ। ਹੁਣ ਇੱਕ ਪਿੰਡ 'ਚ ਇੱਕ ਪ੍ਰਚਾਰ ਗਿਆ ਆ 2-4 ਦਿਨ ਪਹਿਲਾਂ ਹੀ, ਉਹ ਜਾ ਕੇ ਲੋਕਾਂ ਨੂੰ ਕਹਿੰਦਾ ਰੱਬ ਨਹੀਂ ਹੁੰਦਾ, ਐਵੇਂ ਗੱਲਾਂ ਬਣਾਈਆਂ ਹੋਣ। ਗੁਰੂ ਗ੍ਰੰਥ ਸਾਹਿਬ ਇਹ ਤਾਂ ਸ਼ਬਦ ਗੁਰੂ ਹੈ, ਇਹ ਤਾਂ ਆਦਿ ਗੁਰੂ ਹੈ, ਇਹ ਗੁਰੂ ਗ੍ਰੰਥ ਸਾਹਿਬ ਹੈ ਨਹੀਂ। ਪਿੰਡ ਦੀਆਂ ਬੁੜੀਆਂ ਚਲੋ ਮਾਈਆਂ ਪੁਰਾਣੀਆਂ ਕਹਿੰਦੀ, ਭਾਈ ਸਾਡੇ ਪਿੰਡ ਤਾਂ ਨਾ ਪਾਥੀਆਂ ਮਾਰਦੇ ਹੁੰਦੇ ਹੈਗੇ ਨੂੰ, ਫਿਰ ਜੇ ਤਾਂ ਤੂੰ ਜਾਣਾ ਚਲਾ ਨਹੀਂ ਤਾਂ ਗੋਹੇ ਦੀਆਂ ਪਾਥੀਆਂ ਮਾਰਨੇ ਤੇਰੇ ਸਿਰ 'ਚ। ਉਹ ਭੱਜ ਗਿਆ ਫਿਰ ਉੱਥੇ। ਇਸ ਕਰਕੇ ਪਿੰਡਾਂ ਦੇ ਜਾ ਕੇ ਕਹਿਣਾ ਕਿ ਕੇਸਾਂ ਦੀ ਤਾਂ ਕੋਈ ਗੱਲ ਨਹੀਂ, ਪਰ ਨਾਮ ਜਪਣਾ ਚਾਹੀਦਾ, ਕੇਸ ਤਾਂ ਭਾਵੇਂ ਕਟਾ ਦਿਓ। ਇਹੋ ਜਿਹੇ ਬੰਦੇ ਵਾੜੇ ਹੋਏ ਲੋਕ ਛੱਡੇ ਹੋਏ ਨੇ, ਭੇਖ ਕਰਦੇ ਨੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ। ਜਿਹੜੇ ਬੰਦੇ ਦਾ ਭੇਖ ਦੇਖ ਕੇ ਲੋਕ ਭਰਮ ਜਾਂਦੇ ਨੇ, ਇਸ ਤਰ੍ਹਾਂ ਸ਼ਿਵਨਾਮ ਰਾਜੇ ਦੇ ਕੋਲ ਕਈ ਗਏ, ਰਾਜੇ ਨੇ ਬੜੀਆਂ ਚਾਂਦੀ ਦੇ ਬਹੁਤ ਸਾਰੇ ਰੁਪਈਏ ਦਿੱਤੇ, ਉਹ ਰਾਤ ਨੂੰ ਭੱਜ ਗਿਆ, ਆਪਣਾ ਕੰਮ ਹੋ ਗਿਆ। ਦੂਜਾ ਆਇਆ ਉਹਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ, ਉਹ ਵੀ ਭੱਜ ਗਿਆ। ਤੀਜਾ ਆਇਆ ਉਹਨੂੰ ਹੋਰ ਦਿੱਤੇ, ਚੌਥਾ ਹੀਰੇ ਮੋਤੀ ਲੈ। ਹੁਣ ਇੱਕ ਆਇਆ ਉਹ ਕਹੇ ਮੈਂ ਹਮ ਲੈਂਦੇ ਹੀ ਨਹੀਂ ਕੁਛ, ਮੈਂ ਗੁਰੂ ਨਾਨਕ ਹਾਂ, ਮੈਂ ਕੁਛ ਨਹੀਂ ਲੈਂਦਾ। ਜੜ ਮਾਇਆ ਨਾਲ ਤਾਂ ਦੇਖ ਲਿਆ ਚਲਾ ਕੇ ਕੰਮ, ਹੁਣ ਚੇਤਨ ਮਾਇਆ ਭੇਜਤੀ, ਬੇਸਵਾ ਭੇਜਤੀ ਸਜਾ ਕੇ, ਉਹ ਡਿੱਗ ਪਿਆ, ਉਹ ਵੀ ਭੱਜ ਗਿਆ ਉੱਥੇ। ਹੁਣ ਰਾਜੇ ਦਾ ਦਿਲ ਬੜਾ ਟੁੱਟਿਆ, ਆਪਾਂ ਵੀ ਤਾਂ ਬਹੁਤ ਸ਼ਰਧਾ ਕਰਦੇ ਸਾਰਿਆਂ 'ਤੇ, ਜੇ ਕੋਈ ਇਹੋ ਜਿਹੀ ਗਲਤੀ ਕਰ ਜਾਂਦਾ ਹੈ ਤਾਂ ਫਿਰ ਆਪਣਾ ਦਿਲ ਕਿੰਨਾ ਟੁੱਟਦਾ। ਵੀਰ ਚੰਗਾ ਦੇਖਣ ਨੂੰ ਭੇਖ ਤਾਂ ਚੰਗਾ ਬਣਾਇਆ ਹੋਇਆ ਇਸ ਬੰਦੇ ਨੇ। ਉਸ ਵਕਤ ਜਦੋਂ ਬਹੁਤ ਦਿਲ ਟੁੱਟਿਆ, ਰਾਜਾ ਬੜਾ ਰੋਵੇ, ਗੁਰੂ ਨਾਨਕ ਜੀ ਨੂੰ ਖਿੱਚ ਪੈਂਦੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹੁੰਚ ਗਈ, ਉਦੋਂ ਤੱਕ ਉਹ ਟੁੱਟ ਚੁੱਕਿਆ ਸੀ। ਸ਼ਰਧਾ ਤਾਂ ਕਰਦਾ ਸੀ, ਕਹਿੰਦਾ ਜਿਹੜਾ ਆਉਂਦਾ ਉਹੀ ਵਿਆਹ, ਪੈਸੇ ਲੈ ਕੇ ਭੱਜ ਜਾਂਦਾ, ਨਾ ਇਸਤਰੀਆਂ ਤਾਂ ਦੇ ਪੈਣ। ਮਹਾਰਾਜ ਬਾਰ ਬਾਰ ਜਾ ਕੇ ਬਾਗ ਵਿੱਚ ਬੈਠ, ਸੁੱਕਾ ਬਾਗ ਸੀ ਹਰਾ ਹੋ ਗਿਆ, ਕਿਉਂਕਿ ਸੂਕੇ ਕਾਸ਼ਟ ਹਰਿਆ। ਉਸ ਵਕਤ ਰਾਜੇ ਨੂੰ ਕਹਿੰਦੇ ਗੁਰੂ ਨਾਨਕ ਜੀ ਆ ਗਿਆ, ਮੈਂ ਨਾ ਅੱਗੇ ਕਈ ਆਏ ਨੇ, ਉਹ ਜਦੋਂ ਅਸਲੀ ਆਏ ਉਦੋਂ ਨਾ ਮੰਨਿਆ। ਉਹ ਕਹਿੰਦੇ ਜੀ ਇਹ ਮਾਇਆ ਦੇ ਕੇ ਭੇਜੋ ਪਹਿਲਾਂ, ਪਰਖਾ ਲਓ ਇਹਦੀ ਚੰਗੀਆਂ। ਉਹ ਕਹਿੰਦੇ ਮਾਇਆ ਲੈਂਦੇ, ਕਹਿੰਦੇ ਜ਼ਰੂਰ ਕੋਈ ਵੀ ਵਿਚਾਰੀ ਹੋਣਾ, 3 ਜਾਣੇ ਆ ਜੀ। ਉਸ ਵਕਤ ਫਿਰ 20-25 ਜਾਣੀਆਂ ਬੇਸਵਾਵਾਂ ਸਜਾ ਕੇ ਭੇਜੀਆਂ। ਉਹ ਜਦੋਂ ਜਾ ਕੇ ਉੱਥੇ ਨਮਸਕਾਰ ਹੈ ਜੀ ਨਮਸਕਾਰ ਕਰਨ ਲੱਗ ਗਈਆਂ, ਆਪ ਭਾਵ ਜੇ ਦਿਖਾਉਣ ਲੱਗ ਗਈਆਂ। ਹੁਣ ਗੁਰੂ ਨਾਨਕ ਦੇਵ ਜੀ ਤਾਂ ਐਸੇ ਨੇ ਵੀ ਜਿੱਤ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਆ ਮਨ ਕੀ ਦੁੱਖ ਦਾ ਬਿਨ ਸਜਾਏ ਹਰ ਪਰਮ ਪਦ ਲਈਏ। ਦਰਸ਼ਨ ਕਰਕੇ ਹੀ ਠੰਡ ਪੈ ਗਈ, ਕਿਧਰੋਂ ਹੀ ਉੱਡ ਗਿਆ ਕਾਮ ਕੋਮ ਜੀ। ਕਮਾਈ ਹੈ ਨਾ, ਬੇਸਲਾ ਬਦਲ ਗਈ ਸੀ ਨਾ ਸਾਧੂ ਨੂੰ ਦੇਖ ਕੇ, ਉਹ ਤੋਤਾ ਦੇ ਤਾ ਸੀ ਮਹਾਂਪੁਰਸ਼ਾਂ ਨੇ, ਫਿਰ ਤਰ ਗਈ ਸੀ। ਇਹ ਤਾਂ ਆਪ ਪਰਮੇਸ਼ਰ ਸੀਗੇ। ਪਿਆਰ ਨਾਲ ਕਹਿੰਦੇ ਮਹਾਰਾਜ ਦੀ ਆਵਾਜ਼ ਬਹੁਤ ਮਿੱਠੀ, ਸਤਿਗੁਰੂ ਆਓ ਬੇਟਾ, ਬੇਟਾ ਜੀ ਆਓ ਬੈਠੋ, ਆਓ ਸਾਰੇ ਜਣੇ ਆਪਾਂ ਮਿਲ ਕੇ ਪਰਮੇਸ਼ਰ ਦਾ ਭਜਨ ਕਰਦੇ ਹਾਂ। ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰਨ ਲਾਈਆਂ। ਹੁਣ ਗੁਰੂ ਨਾਨਕ ਦੇਵ ਜੀ ਤਾਂ ਇੱਕ ਵਾਰ ਵਾਹਿਗੁਰੂ ਕਹਿ ਦੇਣ ਓਨਾ ਹੀ ਬਹੁਤ, ਸਵੇਰ ਤੱਕ ਜੁੜੀਆਂ ਬੈਠੀਆਂ ਹੋਈਆਂ। ਉਹ ਰਾਜੇ ਨੂੰ ਜਾ ਕੇ ਕਹਿੰਦੀਆਂ ਇਹ ਅਸਲ ਗੁਰੂ ਨਾਨਕ ਦੇਵ ਆਇਆ, ਹੁਣ ਚੱਲ। ਹੁਣ ਮਹਾਰਾਜ ਕਹਿੰਦੇ ਇਹਨੇ ਮੇਰੀ ਪਰਖ ਲਈ, ਹੁਣ ਮੈਂ ਵੀ ਲੈ ਲਿਆ ਜੀ ਪਰਖ। ਸਾਹਮਣੇ ਬੈਠੇ ਦੇਖਦੇ ਜਦੋਂ ਆ ਕੇ ਮੱਥਾ ਟੇਕਣ ਲਈ ਆਇਆ, ਮਹਾਰਾਜਾ ਲੋਕ ਹੋ ਗਏ। ਉਹ ਤੜਫਣਾ ਹੋਰ ਵਧਾ ਦਿੱਤੀ, ਫਿਰ ਭੱਜਿਆ ਫਿਰੇ ਜੰਗਲਾਂ 'ਚ।
हे गुरु नानक हे गुरु नानक हे गुरु नानक किथे है तू हे गुरु नानक। इन्ना बेबल होया मूहे मूह चिकर च डिग पिया बेहोश हो गया। गुरु नानक देव जी प्रगट हो गए महाराज सच्चे पातशाह प्रगट हो के सिर ते हाथ रखिया अखा खुलियां फिर उपदेश किया। तो सतगुरु कहने संसार के अंदर भेख दिखाए जगत को लोगन को बस की अंतकाल काती कटे। पर यह जो लोग अखीर न काती कैंची नाल ही कट्टे जाते ने चाकुआ छुरी वजदी फिर इन्हों फिर महाराज सच्चे पातशाह कहते ने बास नरक मौली नरकों में फिर चले जाते हैं दुख भोगते हैं। तो सतगुरु कहते देखो भेख करन तो पहला अंदरले नूं जरूर समझायो बाहरों अमृतधारी हो गए पर अंदरों नहीं होया मन तो अमृत छकाया नहीं गा नौ ने दमृत प्रभ का नाम देही मैं इसका विश्राम वो अमृत की दात तू बाहरों तो ले ली है पर अंदर तेरे अमृत नहीं आया है। इस करके सतगुरु महाराज सच्चे पातशाह कहते ने बाहर भेख का मतलब सी कि बाहरों यह वर्दी एक चीज होंगी है आप देख बिना वर्दी तो कोई आ जाए अपन पछाण नहीं कौन ड्रैस कोड कहते हैं पुलिस का बंदा सामने आ जाए बस गड्डी सिर्फ लंघनी चाहिए सारी रोड से सारे दीबे राणे हो जाते उस वक्त मैं तो जी सत्तर तो उत्ते चलते ही नहीं कहते बस क्योंकि उत्तर जा रहे नाल नाल। तो इस करके महाराज कहते ये ड्रैस कोड है खालसे वर्दी भी बख्शिश की क्योंकि संत भी है तो सिपाही भी है सिपाही की वर्दी भी दी है आत्मक तौर पर संत भी। तो सतगुरु कहते कला भेख ना धारियो एक बार दसवें पातशाह श्री आनंदपुर साहब शेर की खल आम शिकार ने शेर की खल ला के रखी हुई सतगुरु कहते बड़े ढंग ना घुमियार का एक खोता जहा वो ते सारी खल स्यों की चंकी तरह खोते शेर बना के बाहर सवेरे छड़ता वो फिर तुरै सारी दुनिया डर शेर आ गया। उस वक्त सारी दुनिया महाराज शेर तुरै फिरता सतगुरु कहते कोई गल नहीं हौली हौली वह जो होर खोते देखे घुमियार लभदा लभदा देखा वो घुमियार देख के खोत्या देख के हिणकन लग गया घुमियार ने पांच सत्त छड़ियां कहते शेर बनया फिरदा वड्डा